ਮੈਂ ਹਰਜੋਤ ਸਿੰਘ ਬੈਂਸ ਦੀ ਆ ਵੇਖ ਰਿਹਾ ਸੀ ਟਵੀਟ, ਭੁਪਿੰਦਰ ਸਾਹਿਬ ਦੇਖਣ ਵਾਲੀ ਗੱਲ ਆ, ਕਹਿੰਦਾ ਜਸਟ ਲਰਨ ਅਬਾਊਟ ਬੇਸਲੈਸ ਐਲੀਗੇਸ਼ਨ ਮੇਡ ਬਾਈ ਅ ਟੈਂਟਡ ਆਫਿਸਰ ਅਗੇਂਸਟ ਮੀ ਐਂਡ ਮਾਈ ਵਾਈਫ ਐਂਡ ਐਨ ਐਗਜੈਂਪਲਰੀ IPS ਆਫਿਸਰ ਵਿਦ ਅ ਸਪੋਟਲੈਸ ਰਿਕਾਰਡ। ਹੁਣ ਬੈਂਸ ਸਾਹਿਬ ਜਿਹਨੇ ਐਲੀਗੇਸ਼ਨ ਲਾਇਆ ਅਮਨਜੋਤ, ਉਹ ਇੰਸਪੈਕਟਰ ਹੈ, ਐਲੀਗੇਸ਼ਨ ਲਿਖਾ ਰਹੀ ਹੈ ਹਰਜੋਤ ਬੈਂਸ ਦੇ ਖਿਲਾਫ ਤੇ ਇਹਨਾਂ ਦੀ IPS ਅਫਸਰ ਦੇ ਖਿਲਾਫ਼। ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰਦੇ ਹਾਂ ਕਿ ਮੈਂ ਹਰਜੋਤ ਬੈਂਸ ਦੇ ਖਿਲਾਫ਼ ਤਾਂ ਮਾੜਾ ਮੋਟਾ ਤੁਹਾਨੂੰ ਬੋਲਬਾਲ ਦਊਂਗਾ, ਮਗਰ ਆਈ ਹੈਵ ਆਲ ਦਾ ਰਿਸਪੈਕਟ ਫੋਰ ਹਿਜ਼ ਵਾਈਫ, ਔਰ ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕਰੂੰਗਾ ਕਿ ਜਿਹਦੇ 'ਚ ਉਹਨਾਂ ਦੀ ਸ਼ਾਨ ਦੇ ਖਿਲਾਫ਼ ਜਾਂ ਕੋਈ ਇਹੋ ਜਿਹੀ ਗੱਲ। ਆਈ ਗਿਵ ਹਰ ਦਾ ਬੈਨੀਫਿਟ ਆਫ ਡਾਊਟ, ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ? ਇਹਨਾਂ ਚਿੱਠੀ ਇਹ ਤੁਹਾਡੇ ਚੈਨਲਾਂ ਨੇ ਤਾਂ ਕੱਲ ਚਲਾਈ ਸੀ, ਮੇਰੇ ਕੋਲ 3 ਦਿਨ ਦੀ ਮੇਰੇ ਕੋਲ ਆਈ ਸੀ, ਇਹ ਆਪ ਹੀ ਫੜਾ ਕੇ ਗਏ ਆ ਕਿ ਬੋਲ। ਮੈਂ ਬੋਲਣ ਬਾਲਣ ਲੱਗਿਆ ਤੇ ਫਿਰ ਮੈਂ ਮਨ 'ਚ ਸੋਚਿਆ ਮੈਂ ਛੱਡੋ ਪਰਾ ਯਾਰ ਕਿਸੇ ਦੀ, ਮੇਰੇ ਹਰਜੋਤ ਬੈਂਸ ਨਾਲ ਸਾਡੇ 86 ਵਕਰੇਵੇ 100 ਹੋਣੇ, ਇਹ ਰੇਤਾ ਰੂਤਾ ਵੀ ਖਾ ਜਾਂਦਾ, ਸਭ ਕੁਝ ਖਾ ਜਾਂਦਾ, ਬੰਦਾ ਵੀ ਖਾ ਜਾਂਦਾ, ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲਿਆ, ਔਰ ਮੈਂ ਵਾਕਿਆ ਨਹੀਂ ਬੋਲਿਆ। ਚਲੋ ਕੱਲ੍ਹ ਤੱਕ ਫਿਰ ਮਾਨਵ ਗੋਇਲ ਸਾਹਿਬ ਨੇ ਟਵੀਟ ਕਰਤਾ, ਫਿਰ ਇੱਕ ਹੋਰ ਚੈਨਲ ਨੇ ਚੜ੍ਹਾਤੀ, ਫਿਰ ਦੂਜੇ ਨੇ ਚੜ੍ਹਾਤੀ, ਫਿਰ ਤੀਜੇ ਨੇ ਚੜ੍ਹਾਤੀ, ਮਗਰ ਜਦ ਮੈਂ ਇਹਦੀ ਟਵੀਟ ਪੜ੍ਹੀ ਉਦੋਂ ਮੇਰੇ ਤੋਂ ਰਿਹਾ ਨਹੀਂ ਗਿਆ ਕਿ ਮੈਂ ਕਿੱਡਾ ਝੂਠਾ ਹੈ ਮੋਟੂ। ਆਹ ਵੇਖੋ ਕੀ ਕਹਿਣ ਡਿਆ, ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆਂ ਤੇ ਫਿਰ ਬੋਲੂੰਗਾ ਤੁਹਾਨੂੰ। ਜਸਟ ਲਰਨਡ ਅਬਾਊਟ ਬੇਸਲੈਸ ਐਲੀਗੇਸ਼ਨ ਮੇਡ ਬਾਈ ਅ ਟੈਂਟਡ ਆਫਿਸਰ ਅਗੇਂਸਟ ਮੀ ਐਂਡ ਮਾਈ ਵਾਈਫ, ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇੰਸਪੈਕਟਰ ਨੇ, ਐਨ ਐਗਜੈਂਪਲਰੀ IPS ਆਫਿਸਰ ਵਿਦ ਅ ਸਪੋਟਲੈਸ ਰਿਕਾਰਡ। ਆਪਦੀ ਘਰਦੀ ਨੂੰ ਕਹਿਤਾ ਕਿ ਇੱਥੋਂ ਤਾਂ ਇਮਾਨਦਾਰ ਕੋਈ ਹੈ ਨਹੀਂ। ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਹੈ, ਕੋਈ ਇਹਦੀ ਗੱਲ ਨਹੀਂ ਹੁੰਦੀ। ਮੈਂ ਕਹਿੰਦਾ ਮੈਂ ਵੀ ਕਹਿੰਦਾ ਇਮਾਨਦਾਰ ਹੀ ਹੋਣੇ ਨਹੀਂ, ਮਗਰ ਭਾਈ ਤੂੰ ਤਾਂ ਨਾ ਬੋਲ, DGP ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂੰਗਾ, ਮੈਂ ਆਪ ਮੰਨਦਾ, ਮਗਰ ਕਿ ਘਰ ਵਾਲਾ ਘਰ ਵਾਲੀ ਦੀ ਸ਼ਿਫਟ ਕਰੀ ਜਾਵੇ, ਘਰ ਵਾਲੀ ਘਰ ਵਾਲੇ ਦੀ ਕਰੀ ਜਾਵੇ, ਤੁਸੀਂ ਵੀ ਕਹੋਗੇ ਹੁਣ ਕੀ ਇਹਨਾਂ ਨੂੰ ਕਹਿਣਾ। ਅੱਗਿਓਂ ਵੇਖੋ ਕੀ ਕਹਿੰਦਾ, ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡੈਫਾਮੇਸ਼ਨ ਸੂਟ, ਐਂਡ ਕਹਿੰਦਾ ਐਜ਼ ਅ ਸੋਲਜਰ ਆਫ ਅਰਵਿੰਦ ਕੇਜਰੀਵਾਲ ਓਨੈਸਟੀ ਇਜ਼ ਮਾਈ ਧਰਮਾ। ਉਹਨੇ ਕਿੱਡਾ ਓਨੈਸਟ ਹੈ, ਉਹ ਤਾਂ ਉੱਥੋਂ ਦੀ ਰੇਤ ਦੀਆਂ ਖੱਡਾਂ ਬੋਲਦੀਆਂ ਨੇ, ਰੋਜ਼ ਪੁੱਲ ਕੋਈ ਨਾ ਕੋਈ ਡਿੱਗ ਜਾਂਦਾ, ਕੋਈ ਬੰਦ ਹੋ ਜਾਂਦਾ, ਜਾਂ ਵਿਵੇਕਸ਼ੀਲ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਬਚ ਜਾਂਦਾ। ਕਹਿੰਦਾ ਪ੍ਰਾਊਡ ਆਫ ਮਾਈ ਵਾਈਫ ਹੂ ਐਮਬੋਡੀਜ਼ ਪ੍ਰੋਫੈਸ਼ਨਲਿਜ਼ਮ ਐਂਡ ਇੰਟੈਗ੍ਰਿਟੀ, ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਾ ਟਰੂਥ। ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਸਿਪਾਹੀ ਹੈ ਤੇ ਹਰਜੋਤ ਸਿੰਘ ਬੈਂਸ, ਫਿਰ ਐ ਕਰ, ਕੇਜਰੀਵਾਲ ਦੀ ਇਨਕੁਆਇਰੀ ਕੌਣ ਕਰ ਰਿਹਾ? CBI, ED ਤੇ ਸੱਚੇ ਸ਼ਗਿਰਦ ਦਾ ਤਾਂ ਫਿਰ ਇਹੀ ਫੈਸਲਾ ਕਿ ਅੱਜ ਚਿੱਠੀ ਲਿਖਦੇ ਕਿ ਭਾਈ ਮੇਰੇ ਤੋਂ ਕੇਜਰੀਵਾਲ ਸਾਹਿਬ ਤੋਂ ਬਾਹਲਾ ਚਿਰ ਦੂਰ ਲਿਆ ਨਹੀਂ ਜਾਂਦਾ, ਕਿਉਂਕਿ ਅਸੀਂ ਤੇਰਾ ਧਰਨਾ ਵੀ ਦੇਖਿਆ ਸੀ ਜਿਹੜਾ ਤੂੰ ਮਾਰਿਆ ਸੀ, ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਜੀਠੀਆਂ ਭੁੱਲਿਆ, ਚਾਰ ਜੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਚੁੱਕ ਕੇ ਲੈ ਗਏ। ਮੈਂ ਤਾਂ ਉਹ ਧਰਨਾ ਵੇਖ ਵੇਖ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਵੇਖ ਲੈਂਦਾ, ਹੱਸ ਪੈ ਜਾਈਦਾ ਕਿ ਬਾਪ ਪਾਲੇ ਤੇਰੇ ਸ਼ਿਰਾਏ ਜਾ ਵੀ ਧਰਨਾ ਵੱਜਿਆ ਕਿਤੇ। ਇੰਡੀਆ ਗੇਟ ਚ ਮਾਰਿਆ ਸੀ ਨਾ, ਉੱਥੇ ਮਾਰਿਆ ਸੀ ਮੈਨੂੰ।
ਕੇਜਰੀਵਾਲ ਵੀ ਕਹਿੰਦਾ ਹੋਣਾ ਵਾਹਿਗੇ ਚਾਹੀਦੇ ਹੀ ਨੇ, ਇਹ ਜੇ ਚਾਰ ਕੁ ਧਰਨੇ ਹੋਰ ਵੱਜ ਜਾਣ ਮੇਰੇ ਹੱਕ ਚ, ਮੈਨੂੰ ਲੱਗਦਾ ਮੋਦੀ ਨੇ ਤਾਂ ਕਦੇ ਨੀ ਛੱਡਣਾ। ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸੱਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਤੇ ਭਾਈ ਇਹ ਸੱਚਾਈ ਜੇ ਸਰਕਾਰ ਚ ਤੂੰ ਵਜ਼ੀਰ ਹੈ ਉਹ ਤਾਂ ਨੀ ਲਿਆ ਸਕਦੇ। ਹੁਣ ਗੌਰਵ ਯਾਦਵ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜ਼ੀਰ ਚੋਰ, ਦੱਸੋ ਉਹਨੇ ਵਿਚਾਰੇ ਨੇ ਕਿੱਥੋਂ ਕਹਿ ਸਕਦੇ। ਤੇ ਤੁਸੀਂ ਇਹ ਇਨਕੁਆਇਰੀ ਸੀ ਬੀ ਆਈ ਨੂੰ ਦੇ ਦਿਓ। ਸੀ ਬੀ ਆਈ ਜੇ ਕਹਿ ਦੋ ਤੂੰ ਸੱਚਾ, ਸਭ ਤੋਂ ਪਹਿਲਾਂ ਤਾੜੀ ਤਾਂ ਮੈਂ ਮਾਰੂ, ਅਸੀਂ ਜ਼ੋਰ ਜ਼ੋਰ ਦੀ ਮਾਰੂ ਕਿ ਇਹ ਵਾਕਈ ਇਹ ਜੋ ਕਹਿੰਦਾ ਸੀ ਐਡਾ ਇਮਾਨਦਾਰ ਬੰਦਾ ਇਹ ਤੋਂ। ਔਰ ਅਗਲੀ ਗੱਲ ਸੁਣ ਲਓ, ਇਹਨੂੰ ਤਾਂ ਹੁਣ ਟਵੀਟ ਦੀ ਚੇਤੇ ਆਈ ਆ, ਚਿੱਠੀ ਕਦੋਂ ਦੀ ਲਿਖੀ ਆ ਵੇਖੋ, ਆ ਮੈਡਮ ਕੀ ਲਿਖਦੀ ਹੈ, ਕਹਿੰਦਾ ਆਈ ਹੰਬਲੀ ਸਬਮਿਟ ਦੈਟ ਔਨ 9/1/2024 ਇਹਨੇ ਚਿੱਠੀ ਲਿਖੀ ਹੈ, ਅੱਜ ਤੋਂ ਕੋਈ 8-9 ਮਹੀਨੇ ਪਹਿਲਾਂ, 6-7 ਮਹੀਨੇ ਪਹਿਲਾਂ, ਹੈ ਨਾ, 8 months ਪਹਿਲਾਂ। 8 ਮਹੀਨੇ ਦਾ ਤੂੰ ਸੁੱਤਾ ਪਿਆ ਸੀ, 8 ਮਹੀਨੇ ਦੇ ਤਾਂ ਮੈਨੇਜਮੈਂਟ ਚੱਲ ਰਹੀ ਸੀ, ਕਦੇ ਉਹਨੂੰ ਮਨਾਉਂਦੇ ਸੀ, ਉਹ ਰੁੱਸਦੀ ਸੀ, ਫਿਰ ਉਹਨੂੰ ਮਤਲਬ ਕਹਿੰਦੇ ਸੀ ਕਿ ਤੈਨੂੰ ਵਧੀਆ ਪੋਸਟਿੰਗ ਦੇ ਦਿਆਂਗੇ, ਉਹ ਖੁਸ਼ ਹੋ ਜਾਂਦੀ ਸੀ, ਤੇ ਫਿਰ ਮਤਲਬ ਰੱਬ ਜਾਣਦਾ ਕੀ ਮਤਲਬ ਇਹੋ ਜਿਹਾ ਹੀ ਕੁਛ ਚੱਲਦਾ ਸਰਕਾਰਾਂ 'ਚ। ਮਗਰ ਅਖੀਰ 'ਚ ਜੇ ਤੈਨੂੰ 9-8-9 ਮਹੀਨੇ ਦਾ ਇਹ ਸਾਰੀ ਕੰਮ ਚੱਲ ਰਿਹਾ, ਤੁਸੀਂ ਕਿਹੜਾ ਨਹੀਂ ਇਸ ਗੱਲ ਨੂੰ ਮੈਨੇਜ ਕਰਨ ਦੀ ਆ ਸੀਰੀਅਸ ਐਲੀਗੇਸ਼ਨ ਸਰ, ਇਟਸ ਅਬਾਊਟ ਫਰੋਡਿੰਗ ਪੀਪਲ। ਇਹ ਕਾਲ ਸੈਂਟਰ ਜੋ ਚੱਲਦਾ ਸੀ, ਜੋ ਤੁਹਾਨੂੰ ਫੋਨ ਆਉਂਦੇ, ਜਿਹਨਾਂ ਰੋਜ਼ ਸਾਈਬਰ ਕ੍ਰਾਈਮ ਤੁਸੀਂ ਜ਼ਿਕਰ ਕਰਦੇ ਹੋ ਕਿ ਕਿਸੇ ਤੋਂ 5,000 ਲੈ ਗਏ, ਕਿਸੇ ਤੋਂ 15,000 ਲੈ ਗਏ, ਦਿਸ ਇਜ਼ ਅਬਾਊਟ ਦੈਟ ਸਾਈਬਰ ਕ੍ਰਾਈਮ। ਆਹ ਮੈਂ ਘਰ ਦੀ ਫੋਟੋ ਵਿਖਾਉਂਦਾ, ਆਹ ਜਾ ਕੇ ਆ ਗਿਆ, ਆਹ ਬੰਦੀ ਹੈ ਜੀ ਜਿਹਦੀ ਬੇਸਮੈਂਟ 'ਚ ਇਹ ਚੱਲਦਾ ਸੀ ਇਹ ਸਾਈਬਰ ਕ੍ਰਾਈਮ, ਉਹ ਵੀਡੀਓ ਵਿਖਾਉਂਦਾ, ਇਹਦਾ ਐਡਰੈਸ ਲਿਖਿਆ, ਤੁਸੀਂ ਵੀ ਜਾ ਕੇ ਵੇਖ ਕੇ ਆਇਓ, ਇਹਦਾ ਐਡਰੈਸ ਲਿਖਿਆ 500 square foot ਦਾ ਅਨਕੰਸਟਰਕਟਿਡ ਹਾਊਸ, ਕਾਰਨਰ ਹਾਊਸ ਐਟ PP29 ਸੈਕਟਰ 108 ਮੋਹਾਲੀ। ਔਰ ਇਹ ਜਿਹੜਾ ਬੰਦਾ ਇਹ ਨੰਗਲ ਦਾ ਵਿਜੇ ਕਪੂਰੀਆ ਸਾਹਿਬ, ਇਹਦੇ ਬਾਰੇ ਅੱਜ ਨਹੀਂ ਮੇਰੇ ਕੋਲ 6 ਮਹੀਨੇ ਪਹਿਲਾਂ ਵੀ ਖਬਰ ਆਈ ਸੀ ਕਿ ਇਹਦਾ ਹਰਜੋਤ ਬੈਂਸ ਨਾਲ ਬੜਾ ਪਿਆਰ ਹੈ, ਔਰ ਇਹ ਰਲ ਮਿਲ ਕੇ ਕੋਈ ਕੰਮ ਆਪਸ ਇੱਕ ਦੂਜੇ ਦੀ ਮਦਦ ਕਰਦੇ ਆ। ਏਡਾ ਵੱਡਾ ਸਾਈਬਰ ਫਰੋਡ ਚੱਲ ਰਿਹਾ ਹੋਵੇ, 8-9 ਮਹੀਨੇ ਦੀ ਚਿੱਠੀ ਆ DGP ਸਾਹਿਬ ਕੋਲ ਪਈ ਹੋਵੇ, ਡੂ ਯੂ ਐਕਸਪੈਕਟ ਦ DGP ਟੂ ਡੂ ਜਸਟਿਸ ਟੂਡੇ? ਜਿਹੜੇ 8-9 ਮਹੀਨਿਆਂ ਚ ਨਹੀਂ ਕਰ ਸਕੇ, ਤੁਸੀਂ ਇੱਕ ਮਿਨਿਸਟਰ ਦੇ ਖਿਲਾਫ ਇੱਕ SHO ਨੇ ਐਲੀਗੇਸ਼ਨ ਕਰਤੀ ਹੈ, ਇੱਕ ਆਪਦੇ ਸੀਨੀਅਰ ਅਫਸਰ ਖਿਲਾਫ ਕਰਤੀ ਹੈ। ਮੈਂ ਕਹਿੰਦਾ ਚਲੋ ਇਹ ਸੱਚੇ ਹੋਣੇ, ਮਗਰ ਇਹ ਸੱਚ ਹੈ ਕਿ ਝੂਠਾ ਹੈ? ਇਹਦੀ ਇਨਕੁਆਇਰੀ ਤਾਂ ਭਾਈ ਜੇ ਕੋਈ ਇੰਡੀਪੈਂਡੈਂਟ ਇਨਕੁਆਇਰੀ ਹੋਊ, ਕੋਈ CBI ਕਰੂ, ਕੋਈ ED ਕਰੂ, ਫੇਰ ਹੀ ਪਤਾ ਲੱਗੂ, ਨਾਟ ਦਾ ਪੰਜਾਬ ਪੁਲਿਸ ਇਟਸੈਲਫ ਜਿਹੜਾ ਇੱਥੇ ਰੋ। ਮੈਂ ਨਹੀਂ ਕਹਿ ਰਿਹਾ ਬੀਬੀ ਸੱਚ ਬੋਲ ਰਹੀ ਹਾਲੇ, ਐਵੇਂ ਮੈਂ ਆਖਾਂ, ਮੈਂ ਬੈਨੀਫਿਟ ਆਫ ਡਾਊਟ ਦਿੰਦਾ ਇਸ ਸਤਿਕਾਰਯੋਗ ਸਾਡੇ ਮਿਨਿਸਟਰ ਸਾਹਿਬ ਦੀ ਵਾਈਫ ਨੂੰ। ਹਾਂ ਇਹ ਬੱਬੂ ਬੋਚਾ ਜਿਹਾ ਤਾਂ ਨਹੀਂ ਠੀਕ, ਇਹ ਨਟਕਟ ਹੈ, ਮਗਰ ਮੈਂ ਉਹਨਾਂ ਨੂੰ ਸਤਿਕਾਰਯੋਗ ਨੇ, ਮੈਂ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਦਿੰਦਾ, ਮਗਰ ਹੁਣ ਇਹ ਡਾਊਟ ਕਲੀਅਰ ਕੌਣ ਕਰੂ? ਡਾਊਟ ਤਾਂ ਇੰਡੀਪੈਂਡੈਂਟ ਏਜੰਸੀ ਕਰੂ, ਤੇ ਮੈਂ ਤਾਂ ਚੀਫ ਮਿਨਿਸਟਰ ਸਾਹਿਬ ਨੂੰ ਕਹਿੰਦਾ ਟਵੀਟ ਵਿਖਾਈ ਯਾਰ, ਟਵੀਟ ਵਿਖਾ, ਆ ਟਵੀਟ ਦੇ ਬਿਆਪ ਕੀ ਕਰਦੇ? ਜਦ ਇਹਨੇ ਅਖੀਰ ਚ ਕਹਿਤਾ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦ ਟਰੂਥ,
ਤੇ ਫਿਰ ਭਾਈ ਸੱਚ ਤਾਂ ਤਦੇ ਬਾਹਰ ਆਉਣਾ, ਜਾਂ ਤਾਂ ਹਾਈ ਕੋਰਟ ਸੂ ਮੋਟੋ ਨੋਟਿਸ ਲੈ ਲਵੇ ਕੇਸ ਦਾ, ਤੇ ਜਾਂ ਤੁਸੀਂ CBI ਨੂੰ ਭੇਜ ਦਿਓ ਤੇ ਲੱਗ ਜੂ ਪਤਾ। ਜੇ ਸੱਚੇ ਹੋਵੋਗੇ ਤੇ ਕੌਣ ਫਸਾ ਸਕਦਾ, ਤੁਹਾਨੂੰ ਕੋਈ ਫਸਾ ਥੋੜੀ ਸਕਦਾ।